ਅਸੀਂ ਵੇਖ ਲਈਏ ਸਾਡੇ ਚੇਤੇ ਵਿੱਚ ਕਿੰਨੀ ਪ੍ਰੀਤ ਹੈ। ਸੋ ਅੰਮ੍ਰਿਤ ਛਕਣਾ ਹੀ ਅੱਜ ਔਖਾ ਹੋਇਆ ਪਿਆ ਹੈ, ਆਹ ਭੈੜੀ ਸ਼ਰਾਬ ਛੱਡਣੀ ਅੱਜ ਔਖੀ ਹੋਈ ਗਈ। ਪੁੱਛ ਕੇ ਵੇਖੀਦਾ ਕਈਆਂ ਨੂੰ, ਸੋ ਕੋਈ ਤੈਨੂੰ ਫਾਇਦਾ ਹੋਇਆ ਹੋਣਾ, ਤੂੰ 5-7-10 ਵਰਿਆਂ ਤੋਂ ਜੋ ਇਹ ਬੜਾ ਭਾਰੀ ਇਸ ਖਜ਼ਾਨੇ ਨੂੰ ਸਾਂਭ ਕੇ ਰੱਖਿਆ, ਤੈਨੂੰ ਬਹੁਤ ਕੁਛ ਪ੍ਰਾਪਤੀ ਹੋਈ ਹੋਣੀ ਹੈ। ਜਿਹਨੂੰ ਪੁੱਛੀਦਾ ਕਿੰਨੇ ਘਾਟਾ ਪਿਆ ਹੈ, ਜਿਹਨੂੰ ਪੁੱਛੀਦਾ ਕਿੰਨੇ ਇੱਕ ਲਾਣ ਅਤੇ ਇੱਕ ਫਟਕਾਰ ਹੈ ਐਵੇਂ। ਸੋ ਆਤ ਬੁਰੀ ਪਈ ਹੋਈ ਹੈ, ਜੇ ਇੰਨੀ ਨਿੰਦਾ ਉਸੇ ਗੱਲ ਦੀ ਕਰਦਾ ਜੇ ਤੁਸੀਂ ਰੋਜ਼ ਵਰਤਦਾ ਫਿਰ ਛੱਡਦਾ ਕਿਉਂ? ਸੋ ਉਹ ਝੂਠੀਆਂ ਚੀਜ਼ਾਂ ਨਾਲ ਤੇਰੀ ਪ੍ਰੀਤ ਹੈ। ਕਹਿੰਦੇ ਗਾਣਿਆਂ ਵੱਲ ਤਾਂ ਭੱਜ ਕੇ ਭਾਵੇਂ ਜਾਵੇ, ਗੁਰੂ ਕੇ ਕੀਰਤਨ ਕਥਾ ਵੱਲ ਕਿੰਨਾ ਭੱਜ ਗਿਆ, ਰੋਜ਼ ਜਾਂਦਾ ਹੈ, ਦੂਸਰੇ ਦੀ ਨਿੰਦਾ ਕਰਨ ਨੂੰ ਭੱਜਦਾ ਹੈ, ਵਾਹਿਗੁਰੂ ਦੀ ਕੁਸਤ ਵੱਲ ਕਦੇ ਜੁੜਿਆ? ਕਿੰਨੀ ਤੇਰੀ ਪ੍ਰੀਤ ਹੈ। ਘਰ ਵਿੱਚ ਰਹਿੰਦਿਆਂ ਹੋਰ ਗੱਲਾਂ ਗੱਪਾਂ ਜਿੰਨਾ ਮਰਜ਼ੀ ਚਿਰ, ਸੋ ਅੰਮ੍ਰਿਤ ਵੇਲੇ ਉੱਠਣਾ ਅੱਜ ਤੈਨੂੰ ਔਖਾ ਹੋਇਆ ਹੋਇਆ ਹੈ। ਤੇਰੀ ਪ੍ਰੀਤ ਹੈ ਤੇਰੇ ਗੁਰੂ ਕੇ ਚਰਨਾਂ ਨਾਲ, ਨਹੀਂ ਮਨਾਂ ਤੇਰੀ ਸੱਚੀ ਪ੍ਰੀਤ ਨਹੀਂ। ਇਹ ਸਿੱਧਾ ਹੋ ਕੇ ਗੁਰੂ ਕੇ ਚਰਨਾਂ ਵਿੱਚ ਕਹਿ ਰਹੇ ਕਿ ਸੱਚੇ ਪਾਤਸ਼ਾਹ ਜਿਹੋ ਜਿਹੀ ਪ੍ਰੀਤ ਤੇਰੇ ਨਾਲ ਕਰਨੀ ਚਾਹੀਦੀ ਸੀ, ਜਿਹੋ ਜਿਹੀ ਤੁਸੀਂ ਸਾਡੇ ਨਾਲ ਪ੍ਰੀਤ ਕੀਤੀ ਹੈ ਨਾ ਸੱਚੇ ਪਾਤਸ਼ਾਹ, ਜੈਸੀ ਕਰੀ ਪ੍ਰਭ ਮੋਸਿਓ ਮੋਸਿਓ, ਜਿਹੋ ਜਿਹੀ ਮੇਰੇ ਨਾਲ ਪ੍ਰੀਤੀ ਕੀਤੀ ਹੈ, ਜਿਹੋ ਜਿਹੀ ਸਾਡੇ ਨਾਲ ਕੀਤੀ ਅਗਰਤਮ ਪ੍ਰੀਤੀ ਕੀਤੀ ਹੈ, ਸੋ ਉਹੋ ਜਿਹੀ ਅਸੀਂ ਕਿਵੇਂ ਵਾਹਿਗੁਰੂ ਤੈਨੂੰ ਕਰਕੇ ਵਿਖਾਈਏ। ਦਸਮ ਪਾਤਸ਼ਾਹ ਤੁਸੀਂ ਸਾਰਾ ਹੀ ਸਰਬੰਸ ਸਾਡੇ ਤੋਂ ਵਾਰ ਦਿੱਤਾ, ਅਨੰਦਪੁਰ ਸਾਹਿਬ ਦੇ ਸੁੱਖ ਛੱਡ ਦਿੱਤੇ, ਔਰ ਫਿਰ ਸਾਡੇ ਵੱਲ ਹੱਥ ਕਰਕੇ ਕਿਹਾ ਕਿ ਇਨ ਪੁੱਤਰਨਗੇ ਸੀਸ ਪਰ ਵਾਲ ਦੀ ਇਹ ਸੁੱਖ ਚਾਰ ਚਾਰ ਮੂਹੇ ਤੋਂ ਕਿਹਾ ਪਾਇਆ ਜੀ ਤਲਾਖ ਹਜ਼ਾਰ, ਮੈਂ ਇਹਨਾਂ ਆਪਣੇ ਪੁੱਤਰਾਂ ਤੋਂ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ। ਸੱਚੇ ਪਾਤਸ਼ਾਹ ਤੁਸੀਂ ਆਪਣੇ ਸਾਹਿਬਜ਼ਾਦੇ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਓ, ਅਤੇ ਅਸੀਂ ਕਿੰਨੀ ਕੁ ਪ੍ਰੀਤੀ ਤੁਹਾਡੇ ਨਾਲ ਕਰਦੇ ਹਾਂ, ਸਾਡਾ ਪਿਆਰ ਕਿੰਨਾ ਕੁ ਹੈ, ਕਿੰਨੀ ਕੁ ਅਸੀਂ ਬਾਣੀ ਪੜ੍ਹਦੇ ਹਾਂ, ਕਿੰਨਾ ਕੁ ਅਸੀਂ ਪ੍ਰੇਮ ਕਰਦੇ ਹਾਂ, ਕਿੰਨੀ ਕੁ ਰਹਿਤ ਰੱਖਦੇ ਹਾਂ, ਕਿੰਨੇ ਕੁ ਅਸੀਂ ਕੁਰਹਿਤਾਂ ਤੋਂ ਬਚੇ ਹੋਏ ਹਾਂ। ਸੱਚੇ ਪਾਤਸ਼ਾਹ ਅਸੀਂ ਤਾਂ ਅਕਿਰਤ ਕੜਾ ਵਿੱਚ ਸ਼ਾਮਿਲ ਹੋਏ। ਸੋ ਗੁਰੂ ਪਿਆਰਿਓ ਵਿਚਾਰ ਕਰੀਏ, ਇਹ ਠੀਕ ਹੈ ਬੇਨਤੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ, ਸੱਚੇ ਪਾਤਸ਼ਾਹ ਨਾ ਸੇਵਕੀ ਤੇਰੇ ਬਣ ਸਕੇ ਹਾਂ, ਨਾ ਕੋਈ ਸਮਰੱਥਾ ਸਾਡੇ ਵਿੱਚ ਕੋਈ ਤਾਕਤ ਹੈ, ਅਤੇ ਨਾ ਇਹ ਪੁਰਸ਼ਾਂ ਨੂੰ ਉੱਤਮ ਬਣਾਉਣ ਵਾਲੇ ਪਰਮ ਵੱਡੇ ਤੋਂ ਵੱਡੇ ਅਕਾਲ ਪੁਰਖ ਸੰਤੂ ਜੀ, ਨਾ ਤੁਹਾਡੇ ਨਾਲ ਸਾਡੀ ਦਿਲ ਪ੍ਰੀਤ ਹੈ, ਰਿੰਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਸੋ ਰੱਬ ਦੀ ਭਗਤੀ ਕਰਨੀ ਬੜੀ ਔਖੀ ਹੈ, ਅਤੇ ਸਾਡੀ ਤਾਂ ਚੋਪੜੀਆਂ ਰੋਟੀਆਂ ਦੇ ਨਾਲ ਪ੍ਰੀਤੀ ਹੈ, ਚੋਪੜੀਆਂ ਨਾਲ। ਜੇ ਤਾਂ ਕਿਤੋਂ ਚੰਗਾ ਲੰਗਰ ਮਿਲ ਗਿਆ ਸੋਹਣਾ, ਤਾਂ ਫਿਰ ਤਾਂ ਪ੍ਰਭ ਜੀ ਹੈ ਮਨੋਰਥ ਮੇਰਾ, ਸਿਰੇ ਪਰ ਲੱਗ ਜਾਣਾ। ਜੇ ਕਿਧਰੋਂ ਜਰਾ ਸਾਦਾ ਜਿਹਾ ਲੰਗਰ ਮਿਲਿਆ ਤਾਂ ਉਦੋਂ ਕਹਿਣ ਲੱਗ ਪੈਣਾ ਔਖੀ ਘੜੀ ਨਾ ਦੇਖਣ ਲਈ। ਸੋ ਸਾਡੀ ਜਿਹੜੀ ਪ੍ਰੀਤੀ ਹੈ ਤਾਂ ਖਾਣ ਪੀਣ ਨਾਲ ਹੈ, ਤੇਰੇ ਨਾਲ ਤਾਂ ਸਾਡੀ ਪ੍ਰੀਤੀ ਨਹੀਂ। ਸੋ ਅਸੀਂ ਤਾਂ ਪਖੰਡੀ ਅਤੇ ਬਲੌਟੀ ਬਣਦੇ ਹਾਂ,